ਟੀਬੀਐਨ ਦੇਖਣ ਵਾਲੇ ਸਮੂੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਣੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਦਾ ਬੈਣੀਪਾਲ ਸ਼ੋਅ ਵਿੱਚ ਤੁਹਾਡਾ ਸਭਨਾ ਦਾ ਨਿੱਘਾ ਸਵਾਗਤ ਔਰ ਦੋਸਤੋ ਅੱਜ ਦੀਆਂ ਪਹਿਲਾਂ ਕੁਝ ਖਾਸ ਖਬਰਾਂ ਸੰਖੇਪ ਵਿੱਚ ਸਾਂਝੀਆਂ ਕਰਾਂ ਮਾਂ ਦਾ ਸੁਪਨਾ ਪੂਰਾ ਕਰਨ ਲਈ ਪੁੱਤਰ ਨੇ ਕੀਤੀ ਅਨੋਖੀ ਮਿਸਾਲ ਪੈਦਾ ਅਮਰੀਕਾ ਵਿੱਚ ਚੱਲੀ ਗੋਲੀ ਤਿੰਨ ਮੌਤਾਂ ਦੋ ਜ਼ਖਮੀ ਇੰਡੀਆ ਦੇ ਪਲੱਸ ਵਿੱਚ ਹੋਈ ਗੋਲੀਬਾਰੀ ਕਿਤੇ ਨਸਲੀ ਘਟਨਾ ਤਾਂ ਨਹੀਂ ਕਮਲਾ ਹਾਇਰਸ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਦੇ ਦੋਸ਼ ਵਿੱਚ ਇੱਕ ਔਰਤ ਗ੍ਰਿਫਤਾਰ ਸ਼ਮਸ਼ਾਨ ਘਾਟ ਦੇ ਬਾਹਰ ਆਪਣੇ ਪਰਿਵਾਰਕ ਜੀ ਦੀ লাশ ਛੱਡ ਕੇ ਵਾਪਸ ਪਰਤੇ ਰਿਸ਼ਤੇਦਾਰ ਪੰਜਾੜ ਪੈ ਪਿੱਛੇ ਇੱਕ ਵਿਅਕਤੀ ਦਾ ਖੰਨੇ ਨੇੜੇ ਕਤਲ ਸੋਡਲ ਫਾਟਕ ਤੇ ਹੋਇਆ ਹਾਦਸਾ ਇੱਕ ਨੌਜਵਾਨ ਦੀ ਮੌਤ ਅਤੇ ਕਿਸਾਨੀ ਸੰਘਰਸ਼ ਲੇਖੇ ਲੱਗੀਆਂ ਬੀਤੇ ਕੁਝ ਘੰਟਿਆਂ ਦੌਰਾਨ ਕਈ ਜਾਨਾਂ ਦੋਸਤੋ ਇਹ ਕੁਝ ਖਬਰਾਂ ਨੇ ਜਿਨ੍ਹਾਂ ਨੂੰ ਆਧਾਰ ਬਣਾਵਾਂਗੇ ਜਿਨ੍ਹਾਂ ਦੇ ਉੱਤੇ ਵਿਸਥਾਰ ਨਾਲ ਗੱਲਬਾਤ ਕਰਾਂਗਾ ਤੇ ਨਾਲ ਫਿਰ ਉਹਨਾਂ ਦੇ ਉੱਤੇ ਟਿੱਪਣੀਆਂ ਵੀ ਕੀਤੀਆਂ ਜਾਣਗੀਆਂ ਤੇ ਤੁਹਾਨੂੰ ਸਭਨਾਂ ਨੂੰ ਅਪੀਲ ਹੈ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ ਤੇ ਆਓ ਫਿਰ ਹੁਣ ਇੱਕ ਇੱਕ ਖਬਰ ਵਿਸਥਾਰ ਨਾਲ ਤੁਹਾਡੇ ਨਾਲ ਸਾਂਝੀ ਕਰਾਂ ਤੇ ਉਹਨਾਂ ਤੇ ਟਿੱਪਣੀਆਂ ਵੀ ਕਰਾਂ ਅਮਰੀਕਾ ਦੇ ਫਲਾਡੈਲਫੀਆ ਦੇ ਵਿੱਚੋਂ ਖਬਰ ਮਿਲ ਰਹੀ ਹੈ ਕਿ ਇੱਕ ਬਹੁਤ ਵਧੀਆ ਕਿਸਮ ਦੀ ਖਬਰ ਆ ਪਾਕ ਸਕਦੀ ਹੈ ਕਿ ਡਸਟਨ ਵਾਈਟੋ ਇਹਨਾਂ ਦਿਨਾਂ ਦੇ ਵਿੱਚ ਕਾਫੀ ਖੁਸ਼ ਨਜ਼ਰ ਆ ਰਿਹਾ ਹੈ ਅਤੇ ਇਸ ਸਾਲ ਦੇ ਅਖੀਰ ਦੇ ਵਿੱਚ ਉਹਦਾ ਸੁਪਨਾ ਹੈ ਕਿ ਮਿਸਰ ਦੇ ਪੈਰਾਮਿਡ ਦੇਖਣ ਜਾਵੇਗਾ ਇਕੱਲਾ ਨਹੀਂ ਆਪਣੇ ਪਰਿਵਾਰ ਨੂੰ ਨਾਲ ਲੈ ਕੇ ਜਾਣ ਦੀਆਂ ਤਿਆਰੀਆਂ ਉਹਨੇ ਸ਼ੁਰੂ ਕੀਤੀਆਂ ਹੋਈਆਂ ਨੇ ਅਤੇ ਜਦੋਂ ਇਹ ਪੂਰੀ ਖਬਰ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਹੈ ਤੇ ਤੁਸੀਂ ਵੀ ਭਾਵਕ ਹੋਵੋਗੇ ਤੇ ਉਹ ਵੀ ਕਾਫੀ ਭਾਵਕ ਹੁੰਦਾ ਹੈ ਇਸ ਖਬਰ ਨੂੰ ਦੱਸ ਕੇ ਦਰਅਸਲ ਡਸਟਨ ਦੀ ਮਾਂ ਗਲੋਰੀਆ ਨੂੰ ਬਲੈਡਰ ਕੈਂਸਰ ਹੋ ਗਿਆ ਹੈ ਉਹਨਾਂ ਦੀ ਹਾਲਤ ਗੰਭੀਰ ਹੁੰਦੀ ਜਾ ਰਹੀ ਹੈ ਡੇ ਬਾਏ ਡੇ ਉਹ ਰੋਜ਼ ਆਪਣੀ ਨੌਕਰੀ ਤੋਂ ਇਲਾਵਾ ਆਪਣੀ ਮਾਂ ਦੀ ਦੇਖਭਾਲ ਵਾਸਤੇ ਉਹਦੀਆਂ ਦਵਾਈਆਂ ਵਾਸਤੇ ਉਹਨੂੰ ਖਾਣਾ ਖਿਲਾਉਣ ਵਾਸਤੇ ਲਗਭਗ ਅਨੋਖਾ ਕੰਮ ਤਾਂ ਨਹੀਂ ਕਰਦਾ ਆਪਾਂ ਇਹ ਨਹੀਂ ਆਖ ਸਕਦੇ ਕੋ ਕਿ ਇੱਕ ਪੁੱਤਰ ਦੇ ਫਰਜ਼ ਨੇ ਪਰ ਇਹਨਾਂ ਕੰਮਾਂ ਦੇ ਇਲਾਵਾ ਜੋ ਕਰਦਾ ਉਹ ਖਬਰ ਬਹੁਤ ਅਹਿਮ ਤੇ ਮਹੱਤਵਪੂਰਨ ਹੈ ਜਾਣਕਾਰੀ ਇਹ ਹੈ ਕਿ ਜਦੋਂ ਬੀਤੇ ਸਾਲ ਪਤਾ ਲੱਗਿਆ ਕਿ ਉਹਦੀ ਮਾਂ ਨੂੰ ਕੈਂਸਰ ਦੀ ਨਾਮੁਰਾਦ ਬਿਮਾਰੀ ਨੇ ਘੇਰ ਲਿਆ ਤੇ ਉਹ ਕੁਝ ਮਹੀਨਿਆਂ ਦੀ ਮਹਿਮਾਨ ਹੈ ਤਾਂ ਗਲੋਰੀਆ ਨੇ ਦੱਸਿਆ ਉਹਦੀ ਮਾਂ ਨੇ ਦੱਸਿਆ ਕਿ ਮੇਰਾ ਸਭ ਤੋਂ ਵੱਡਾ ਅੱਜ ਤੱਕ ਦਾ ਇੱਕ ਸੁਪਨਾ ਸੁਪਨਾ ਇਹ ਕਿ ਮੈਂ ਮਿਸਰ ਦੇ ਪੈਰਾਮਿਡ ਦੇਖਣਾ ਚਾਹੁੰਦੀ ਹਾਂ ਪਰ ਪਰਿਵਾਰ ਦਾ ਗੁਜ਼ਾਰਾ ਜਿੰਨੀ ਕੁ ਕਮਾਈ ਸੀ ਉਹ ਨਿੱਤ ਦਾ ਹੀ ਚੱਲਦਾ ਹੈ ਰੋਜ਼ੀ-ਰੋਟੀ ਚੱਲਦੀ ਹੈ ਤੇ ਘਰ ਦਾ ਜਿਹੜਾ ਹੋਰ ਖਰਚੇ ਨੇ ਉਹੀ ਚੱਲਦੇ ਆ ਪਰ ਆਪਣੀ ਮਾਂ ਦਾ ਆਖਰੀ ਸੁਪਨਾ ਫਿਰ ਉਹ ਪੂਰਾ ਕਰੇ ਤਾਂ ਕਿਵੇਂ ਕਰੇ ਅਸਲ ਵਿੱਚ ਜਸਟਨ ਇੱਕ ਸਕੂਲੀ ਅਧਿਆਪਕ ਹੈ ਜਦ ਜਸਟਨ ਨੂੰ ਮਾਂ ਦੀ ਬਿਮਾਰੀ ਦਾ ਪਤਾ ਲੱਗਿਆ ਉਹ ਕਹਿੰਦਾ ਮੈਂ ਇੱਕ ਵਕਤ ਇਹ ਸੀ ਕਿ ਅੰਦਰ ਤੱਕ ਧੁਰ ਅੰਦਰ ਤੱਕ ਟੁੱਟ ਗਿਆ ਪਰ ਹਿੰਮਤ ਬਣਾਈ ਕਿ ਮਾਂ ਦਾ ਸੁਪਨਾ ਪੂਰਾ ਕਰਨਾ ਹੈ ਉਦੇ ਵਾਸਤੇ ਭਾਵੇਂ ਮੈਨੂੰ ਕੁਝ ਵੀ ਕਿਉਂ ਨਾ ਕਰਨਾ ਪਵੇ ਕਿਉਂਕਿ ਜਿੰਨੀ ਤਨਖਾਹ ਸੀ ਘਰ ਦਾ ਮਸਾਂ ਹੀ guzara ਹੁੰਦਾ ਸੀ ਫਿਰ ਡਸਟਨ ਨੇ ਕਿਹਾ ਕਿ ਮਾਂ ਤੇਰਾ ਜਿਹੜਾ ਇਹ ਸੁਪਨਾ ਮੈਂ ਇਹ ਪੂਰਾ ਹਰ ਹੀਲੇ ਵਸੀਲੇ ਕਰਨਾ ਚਾਹੁੰਦਾ ਹਾਂ ਇਹਦੇ ਵਾਸਤੇ ਤੂੰ ਮੈਨੂੰ ਖਾਣਾ ਬਣਾਉਣਾ ਸਿਖਾ ਖਾਣਾ ਬਣਾਉਣਾ ਸਿੱਖਿਆ ਤੇ ਫਿਰ ਡਸਟਨ ਉਸ ਮਿਸ਼ਨ ਤੇ ਲੱਗ ਗਿਆ ਕਿ ਇਹ ਮੈਂ ਪ੍ਰਾਪਤ ਕਰਨਾ ਹੈ ਉਹਨੇ ਬਟਰ ਚੀਜ਼ ਸੈਂਡਵਿਚ ਇਹਦੇ ਨਾਲ ਆਪਣੇ ਇਸ ਕੰਮ ਦੀ ਸ਼ੁਰੂਆਤ ਕਰ ਲਈ ਪਹਿਲਾਂ ਪਹਿਲ ਉਹਨੇ ਕੁਝ ਰਿਸ਼ਤੇਦਾਰਾਂ ਨੂੰ ਦੱਸਿਆ ਕੁਝ ਦੋਸਤਾਂ ਨੂੰ ਦੱਸਿਆ ਕਿ ਮੇਰੇ ਤੋਂ ਆ ਖਾਣਾ ਖਰੀਦਣਾ ਸ਼ੁਰੂ ਕਰੋ ਤਾਂ ਕਿ ਮੈਂ ਆਪਣੀ ਮਾਂ ਦਾ ਸੁਪਨਾ ਪੂਰਾ ਕਰਾਂ ਜਦੋਂ ਉਹਨਾਂ ਨੇ ਖਾਣਾ ਉਹਦੇ ਹੱਥੋਂ ਲੈ ਕੇ ਖਾਧਾ ਤੇ ਉਹਨਾਂ ਨੂੰ ਸੁਆਦ ਲੱਗਿਆ ਤੇ ਉਹਨਾਂ ਨੇ ਫਿਰ ਖਬਰ ਆਪਣੇ ਅੱਗੇ ਦੋਸਤਾਂ ਤੱਕ ਆਪਣੇ ਅਗਲੇ ਰਿਸ਼ਤੇਦਾਰਾਂ ਤੱਕ ਪੁੱਜਦੀ ਕਰਨੀ ਸ਼ੁਰੂ ਕਰ ਦਿੱਤੀ ਤੇ ਉਹ ਦਿਨ ਇੱਕ ਇਹ ਆ ਗਿਆ ਕਿ ਡਸਟਨ ਦੇ ਕੋਲੋਂ ਖਾਣੇ ਦੀ ਮੰਗ ਇਸ ਕਦਰ ਵਧ ਗਈ ਕਿ ਉਹਦੇ ਬਾਹਰ ਕਾਰਾਂ ਦੀਆਂ ਲੰਬੀਆਂ ਲਾਈਨਾਂ ਲੱਗਣ ਲੱਗ ਪਈਆਂ ਪਰ ਉਹਦੇ ਕੋਲੋਂ ਖਾਣਾ ਪੂਰਾ ਨਹੀਂ ਸੀ ਕੀਤਾ ਜਾ ਰਿਹਾ ਥਾਂ ਘੱਟ ਪੈਣ ਲੱਗੀ ਖਾਣਾ ਘੱਟ ਪੈਣ ਲੱਗਿਆ ਇਹਦੇ ਵਿਚਕਾਰ ਇੱਕ ਫੂਡ ਟਰੱਕ ਦੇ ਮਾਲਕ ਨੇ ਉਹ ਕਹਿੰਦਾ ਇੰਜ ਕਰਿਆ ਕਰ ਮੈਨੂੰ ਪਤਾ ਲੱਗਿਆ ਕਿ ਤੇਰਾ ਸੁਪਨਾ ਇਹ ਆ ਕਿ ਤੂੰ ਆਪਣੀ ਮਾਂ ਦਾ ਸੁਪਨਾ ਪੂਰਾ ਕਰੇ ਆ ਮੇਰੇ ਟਰੱਕ ਦੀ ਵਰਤੋਂ ਕਰ ਲਿਆ ਕਰ ਉਹਦੇ ਤੋਂ ਬਾਅਦ ਡਸਟਨ ਫਿਰ ਉਸ ਪਾਸੇ ਹੋ ਤੁਰਿਆ ਦਿਨ ਰਾਤ ਮਿਹਨਤ ਕੀਤੀ ਤੇ ਕਈ ਹਫ਼ਤਿਆਂ ਦੇ ਬਾਅਦ ਉਹਨੂੰ ਪਤਾ ਲੱਗਿਆ ਕਿ ਹਾਂ ਹੁਣ ਜਿਹੜੇ ਕੰਮ ਨੂੰ ਮੈਂ ਕਰਨਾ ਚਾਹੁੰਦਾ ਸੀ ਇਹ ਕੰਮ ਮੈਂ ਕਰ ਸਕਦਾ ਹਾਂ ਹੁਣ ਜਾਣਕਾਰੀ ਮਿਲੀ ਹੈ ਕਿ ਉਹਦੇ ਪਰਿਵਾਰ ਦੇ 14 ਜੀ ਨੇ ਜਿਹੜੇ ਇਸ ਯਾਤਰਾ ਤੇ ਜਾਣਗੇ ਲਗਭਗ 1 ਕਰੋੜ ਰੁਪਏ ਦਾ ਉਹ ਤੇ ਖਰਚ ਹੋਣਾ ਸੀ ਉਹਨੇ ਇਹ 1 ਕਰੋੜ ਰੁਪਈਆ ਵੀ ਕਮਾ ਲਿਆ ਤੇ 18000 ਡਾਲਰ ਇਹਦੇ ਤੋਂ ਵੱਧੂ ਵੀ ਉਹ ਕਹਿੰਦਾ ਮੇਰੇ ਕੋਲ ਹੁਣ ਤੱਕ ਕਮਾਏ ਜਾ ਚੁੱਕੇ ਨੇ ਹੁਣ ਗਲੋਰੀਆ ਡਸਟਨ ਅਤੇ ਉਸਤੇ ਪਰਿਵਾਰ ਦੇ 12 ਮੈਂਬਰ ਜੇਕਰ ਸਭ ਕੁਝ ਠੀਕ ਠਾਕ ਰਿਹਾ ਜੇਕਰ ਕਰੋਨਾ ਦੀ ਮਾਰ ਘਟ ਗਈ ਮਾਂ ਉਹਦੀ ਉਦੋਂ ਤੱਕ ਠੀਕ ਰਹੀ ਤੇ ਕੈਂਸਰ ਨਾਲ ਲੜਦੀ ਰਹੀ ਤਾਂ ਉਹਨਾਂ ਨੇ ਪ੍ਰੋਗਰਾਮ ਉਲੀਕ ਲਿਆ ਕਿ ਇਸ ਸਾਲ ਦੇ ਅਖੀਰ ਦੇ ਵਿੱਚ ਉਹ ਮਿਸਰ ਦੇ ਪੈਰਾਮਿਡ ਦੇਖਣ ਜਾਣਗੇ ਜਦੋਂ ਉਹਦੀ ਮਾਂ ਨੂੰ ਪੁੱਛਿਆ ਕਿ ਉਹ ਕਹਿੰਦੀ ਅੱਜ ਮੈਂ ਆਪਣੇ ਆਪ ਨੂੰ ਇੰਨੀਕ ਚੰਗੀ ਕਿਸਮਤ ਵਾਲੀ ਸਮਝਦੀ ਆ ਕਿ ਸ਼ਾਇਦ ਮੇਰੇ ਜਿੰਨੀ ਚੰਗੀ ਕਿਸਮਤ ਵਾਲੀ ਮਿਸਰ ਦੀ ਰਾਜਕੁਮਾਰੀ ਵੀ ਨਹੀਂ ਹੋਣੀ ਜਿੰਨੀ ਮੈਂ ਆ ਉੱਥੇ ਡਸਟ ਨੇ ਕਿਹਾ ਕਿ ਜੇ ਮੇਰੀ ਮਾਂ ਇਹ ਸੁਪਨਾ ਨਾ ਦੇਖਦੀ ਤਾਂ ਸ਼ਾਇਦ ਮੈਂ ਇੱਥੋਂ ਤੱਕ ਦਿਨ ਰਾਤ ਇੱਕ ਕਰਕੇ ਇਸ ਕੰਮ ਦੇ ਪਿੱਛੇ ਨਾ ਲੱਗਦਾ ਆਪਾਂ ਕਹਿੰਦੇ ਕਿ ਸਰਵਣ ਪੁੱਤਰ ਖੇਤੀ ਕਰ ਸਰਵਣ ਬੱਚਾ ਪਾਣੀ ਪਲਾ ਦੇਉਏ ਬੜੇ ਗੀਤ ਸੁਣੇ ਆਪਾਂ ਸਰਵਣ ਪੁੱਤਰ ਹੋਣ ਦੀਆਂ ਲੋਕ ਉਦਾਹਰਨਾਵਾਰੀ ਗੱਲਾਂ ਅਕਸਰ ਕਰਦੇ ਆ ਪਰ ਆ ਅਮਰੀਕਾ ਦੇ ਵਿੱਚ ਜੰਮਿਆ ਪਰ ਹੈ ਸਰਵਣ ਪੁੱਤਰ ਪਰ ਦੂਸਰੇ ਪਾਸੇ ਆਪਾਂ ਬੀਤੇ ਦਿਨੀ ਇਹ ਵੀ ਖਬਰ ਦਿੱਤੀ ਸੀ ਕਿ ਤਿੰਨ ਪੁੱਤ ਇੱਕ ਮਾਂ ਦੇ ਸਾਹ ਨਹੀਂ ਸਕੇ ਮਾਂ ਇਸ ਕਦਰ ਮਜਬੂਰ ਹੋ ਗਈ ਕਿ ਆਪਣੇ ਤੇ ਤੇਲ ਛਿੜਕ ਕੇ ਅੱਗ ਲਾ ਕੇ ਇਸ ਜਹਾਨ ਨੂੰ ਹਲਵਦਾਕ ਗਈ ਸੀ ਪਰ ਆ ਆਪਣੇ ਆਪ ਦੇ ਵਿੱਚ ਇੱਕ ਚੰਗੀ ਤੇ ਪੋਜ਼ਿਟਿਵ ਖਬਰ ਹੈ ਕਿ ਔਲਾਦ ਦਾ ਆਪਣੇ ਮਾਪਿਆਂ ਦੇ ਪ੍ਰਤੀ ਕੀ ਸਤਕਾਰ ਹੋਣਾ ਚਾਹੀਦਾ ਹੈ ਤੇ ਕਿਹੜੇ ਫਰਜ਼ ਤੇ ਕਿਵੇਂ ਅਦਾ ਕੀਤੇ ਜਾਣੇ ਚਾਹੀਦੇ ਹੈ। ਦੋਸਤੋ ਅਗਲੀ ਖਬਰ ਵੀ ਅਮਰੀਕਾ ਵਾਲੇ ਪਾਸਿਓਂ ਹੈ। ਅਮਰੀਕਾ ਦੇ ਵਿੱਚ ਗੋਲੀ ਚੱਲਣ ਦੀਆਂ ਖਬਰਾਂ ਲਗਭਗ ਆਮ ਮਿਲਦੀਆਂ ਨੇ। ਇੱਥੋਂ ਦੀ ਸਰਕਾਰ ਵੀ ਕਾਫੀ ਚਿੰਤਾਜਨਕ ਸਥਿਤੀ ਦੇ ਵਿੱਚ ਹੈ। ਜਾਣਕਾਰੀ ਮਿਲੀ ਹੈ ਕਿ ਅਮਰੀਕੀ ਸੂਬੇ ਵਿਸਕੌਨਸਿਨ ਦੇ ਵਿੱਚ ਇੱਕ ਬਾੜ ਦੇ ਵਿੱਚ ਗੋਲੀਬਾਰੀ ਹੋਈ ਹੈ ਜਿਸ ਦੇ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ ਜਦਕਿ ਦੋ ਹੋਰ ਜ਼ਖਮੀ ਦੱਸੇ ਜਾ ਰਹੇ ਨੇ ਪੁਲਸ ਦੇ ਦਿੱਤੀ ਜਾਣਕਾਰੀ ਦੇ ਮੁਤਾਬਕ ਸਰਜੈਂਟ ਡੇਵਿਡ ਰਾਈਟ ਨੇ ਦੱਸਿਆ ਕਿ ਇਹ ਘਟਨਾ ਸੋਮਰਾਸ ਪਿੰਡ ਦੇ ਇੱਕ ਬਾੜ ਦੇ ਵਿੱਚ ਐਤਵਾਰ ਦੇ ਸਵੇਰ ਵਕਤ ਵਾਪਰੀ ਉਹਨਾਂ ਦੱਸਿਆ ਕਿ ਇਹ ਨਿਸ਼ਾਨਾ ਇਹ ਗੋਲੀਬਾਰੀ ਮਿੱਥ ਕੇ ਕੀਤੀ ਗਈ ਸੀ ਅਤੇ ਸ਼ਕਤੀ ਨੂੰ ਹਾਲੇ ਤੱਕ ਫੜਿਆ ਨਹੀਂ ਜਾ ਸਕਿਆ ਉਹਨਾਂ ਦੱਸਿਆ ਕਿ ਜ਼ਖਮੀਆਂ ਨੂੰ ਇਲਾਕੇ ਦੇ ਨੇੜਲੇ ਹਸਪਤਾਲਾਂ ਦੇ ਵਿੱਚ ਭਰਤੀ ਕਰਵਾ ਦਿੱਤਾ ਗਿਆ ਹੈ ਉਨਾ ਇਹ ਵੀ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਦੱਸਣਾ ਬਣਦਾ ਹੈ ਸ਼ਾਇਦ ਤੁਹਾਨੂੰ ਯਾਦ ਵੀ ਹੋਵੇ ਕਿ ਹਾਲੇ ਬੀਤੇ ਵੀਰਵਾਰ ਨੂੰ ਇੰਡੀਅਨ ਐਪਲਸ ਦੇ ਵਿੱਚ ਗੋਲੀ ਚੱਲੀ ਸੀ ਜਿਸ ਦੇ ਵਿੱਚ 8 ਲੋਕਾਂ ਦੀ ਮੌਤ ਹੋ ਗਈ ਸੀ ਅਤੇ ਉਦੋਂ ਵੀ ਜ਼ਿਕਰ ਪਿੱਛੇ ਝਾਤ ਮਾਰੀ ਤੱਕ ਕੈਲੀਫੋਰਨੀਆ ਦੇ ਵਿੱਚ ਵੀ ਇੱਕ ਦਫ਼ਤਰ ਦੇ ਵਿੱਚ ਗੋਲੀ ਚੱਲੀ ਸੀ ਉਹਦੇ ਵਿੱਚ ਵੀ 4 ਲੋਕਾਂ ਦੀ ਮੌਤ ਹੋ ਗਈ ਸੀ ਇਹਦੇ ਤੋਂ ਥੋੜਾ ਪਿੱਛੇ ਚਲੀਏ ਇੱਕ ਬਾਰ ਦੇ ਵਿੱਚ ਏਸ਼ੀਅਨ ਮੂਲ ਦੇ ਲੋਕਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਭਾਵ ਨਿਤ ਦਿਨੇ ਇਸ ਤਰ੍ਹਾਂ ਦੀਆਂ ਖਬਰਾਂ ਅਮਰੀਕਾ ਦੇ ਵਿੱਚੋਂ ਮਿਲਦੀਆਂ ਨੇ ਅਤੇ ਜੋ ਬਾਈਡਨ ਦੀ ਸਰਕਾਰ ਹੁਣ ਬੰਦੂਕਾਂ ਦੇ ਉੱਤੇ ਨੱਥ ਪਾਉਣ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ ਤੇ ਹੁਣ ਜਿਹੜੀ ਬੀਤੇ ਦਿਨੀ ਇੰਡੀਆ ਨਾ ਪਲਸ ਦੇ ਵਿੱਚ ਘਟਨਾ ਵਾਪਰੀ ਸੀ ਜਿਸ ਦੇ ਵਿੱਚ 8 ਮੌਤਾਂ ਤੇ ਜਿਨ੍ਹਾਂ ਵਿੱਚੋਂ 4 ਪੰਜਾਬੀ ਪਰਿਵਾਰਾਂ ਦੇ ਕਰਾਂ ਕੀਰਨੇ ਪਏ ਨੇ 4 ਪੰਜਾਬੀ ਪਰਿਵਾਰਾਂ ਦੇ ਘਰਾਂ ਦੇ ਵਿੱਚ ਉਹਨਾਂ ਦੇ ਜੀ ਗਏ ਤਾਂ ਜ਼ਰੂਰ ਘਰੋਂ ਪਰ ਵਾਪਸ ਨਹੀਂ ਪਰਤੇ ਹੁਣ ਇਹਦੇ ਉੱਤੇ ਕਈ ਐਂਗਲਾਂ ਤੋਂ ਜਾਂਚ ਕੀਤੀ ਜਾ ਰਹੀ ਹੈ। ਅਮਰੀਕੀ ਸੰਸਦ ਮੈਂਬਰ ਨੇ ਕੁਝ ਉਹਨਾਂ ਨੇ ਸਿੱਖ ਭਾਈਚਾਰੇ ਦੇ ਲੋਕਾਂ ਨੂੰ ਜਿੱਥੇ ਭਰੋਸਾ ਦਿੱਤਾ ਕਿ ਇਹਦੀ ਜਾਂਚ ਐਨ ਚੰਗੇ ਤਰੀਕੇ ਨਾਲ ਕੀਤੀ ਜਾਏਗੀ ਤੇ ਹੁਣ ਇਸ ਗੋਲੀਬਾਰੀ ਦੀ ਇਸ ਲਿਹਾਜ਼ ਨਾਲ ਵੀ ਜਾਂਚ ਦੀ ਮੰਗ ਉੱਠ ਰਹੀ ਹੈ ਕਿ ਕਿਤੇ ਇਹ ਘਟਨਾ ਨਸਲ ਹੀ ਤਾਂ ਨਹੀਂ ਫੜਕਸ ਕੰਪਨੀ ਦੇ ਕੰਪਲੈਕਸ ਦੇ ਵਿੱਚ ਅੰਨੇਵਾ ਗੋਲੀਬਾਰੀ ਕੀਤੀ ਸੀ। 8 ਲੋਕ ਮਰੇ ਐ। ਉਨ੍ਹਾਂ ਵਿੱਚੋਂ ਚਾਰ ਆਪਣੇ ਭਾਈਚਾਰੇ ਦੇ ਪੰਜਾਬੀ ਭਾਈਚਾਰੇ ਦੇ ਤੇ ਸਿੱਖ ਭਾਈਚਾਰੇ ਨਾਲ ਸੰਬੰਧਤ ਵਿਅਕਤੀ ਭਾਰਤੀ ਮੂਲ ਦੇ ਅਮਰੀਕੀ ਸੰਸਦ ਨੇ ਰਾਜਾ ਕ੍ਰਿਸ਼ਨਾ ਮੂਰਤੀ ਨੇ ਆਖਿਆ ਹੈ ਕਿ ਵੀਰਵਾਰ ਦੀ ਰਾਤ ਉਸ ਘਟਨਾ ਦੀ ਇਸ ਲਿਹਾਜ਼ ਨਾਲ ਵੀ ਜਾਂਚ ਕੀਤੀ ਜਾਣੀ ਚਾਹੀਦੀ ਹੈ ਕਿ ਹਿੰਸਾ ਦੇ ਪਿੱਛੇ ਕਿਤੇ ਕੋਈ ਸਿੱਖ ਵਿਰੋਧੀ ਭਾਵਨਾ ਤਾਂ ਨਹੀਂ ਸੀ ਕੰਮ ਕਰ ਰਹੀ ਉਹਨਾਂ ਕਿਹਾ ਕਿ ਇਸ ਸਮੇਂ ਇੰਡੀਅਨ ਐਪਲਸ ਦੇ ਸਿੱਖ ਭਾਈਚਾਰੇ ਦੇ ਲੋਕਾਂ ਦੇ ਮਨਾਂ ਵਿੱਚ ਮਾਤਮਾ ਗੁੱਸਾ ਵੀ ਹੈ ਇਸ ਮਾਤਮ ਵਿੱਚ ਪੂਰਾ ਮੁਲਕ ਉਹਨਾਂ ਦੇ ਨਾਲ ਵੀ ਹੈ ਤੇ ਜਿਹੜੇ ਜਾਂਚ ਕਰ ਰਹੇ ਕਰਮਚਾਰੀ ਨੇ ਉਹਨਾਂ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਹਮਲੇ ਦੇ ਪਿੱਛੇ ਨਫ਼ਰਤ ਦੀ ਭਾਵਨਾ ਤਾਂ ਨਹੀਂ ਸੀ ਕੋਈ ਕੰਮ ਕਰ ਰਹੀ ਇਸ ਸਿੰਗਲ ਤੋਂ ਵੀ ਕੰਮ ਕਰਨ ਉਹਨਾਂ ਕਿਹਾ ਕਿ ਇਹ ਘਟਨਾ ਅਜਿਹੇ ਸਮੇਂ ਵਿੱਚ ਹੋਈ ਹੈ ਜਦੋਂ ਅਮਰੀਕਾ ਵਿੱਚ ਏਸ਼ੀਆਈ ਲੋਕਾਂ ਦੇ ਖਿਲਾਫ ਹਿੰਸਾ ਦੇ ਵਿੱਚ ਲਗਾਤਾਰ ਵਾਧਾ ਇਜ਼ਾਫਾ ਦਰਜ ਕੀਤਾ ਗਿਆ ਹੈ ਇਹ ਇਸ ਗੱਲ ਦੀ ਤਾਜ਼ਾ ਮਿਸਾਲ ਹੈ ਕਿ ਹਿੰਸਾ ਨੇ ਇਸ ਕਦਰ ਅਮਰੀਕਾ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਹੈ ਉਨਾ ਕਿਹਾ ਕਿ ਬੀਤੇ 5 ਸਾਲਾਂ ਵਿੱਚ ਵੱਖ-ਵੱਖ ਅਮਰੀਕੀ ਭਾਈਚਾਰਿਆਂ ਖਿਲਾਫ ਹਿੰਸਕ ਘਟਨਾਵਾਂ ਵਿੱਚ ਵਾਧਾ ਦਰਜ ਕੀਤਾ ਗਿਆ ਹੈ। ਇੰਡੀਅਨ ਐਪਲਸ ਦੇ 8 ਗੁਰਦੁਆਰਿਆਂ ਨੇ ਵੀ ਇਸ ਗੋਲੀਬਾਰੀ ਬਾਰੇ ਇੱਕ ਸਾਂਝਾ ਬਿਆਨ ਜਾਰੀ ਕੀਤਾ ਹੈ। ਬਿਆਨ ਦੇ ਵਿੱਚ ਕਿਹਾ ਗਿਆ ਕਿ ਅਸੀਂ ਹਮਲਾਵਰ ਦੇ ਉਦੇਸ਼ ਬਾਰੇ ਕੁਝ ਨਹੀਂ ਜਾਣਦੇ। ਅਸੀਂ ਕਦੀ ਇਹ ਨਹੀਂ ਜਾਣ ਸਕਾਂਗੇ ਕਿ ਉਸਨੇ ਅਜਿਹਾ ਕਿਉਂ ਕੀਤਾ ਕਿਉਂਕਿ ਹਮਲਾਵਰ ਨੇ ਬਾਅਦ ਵਿੱਚ ਖੁਦਕੁਸ਼ੀ ਕਰ ਲਈ ਸੀ। ਹਾਲਾਂਕਿ ਅਸੀਂ ਇਹ ਗੱਲ ਜ਼ਰੂਰ ਜਾਣਦੇ ਹਾਂ ਜੇ ਜਸ ਫਰਡਕਸ ਕੰਪਨੀ ਨੂੰ ਉਸਨੇ ਨਿਸ਼ਾਨਾ ਬਣਾਇਆ ਉਹ ਆਪਣੇ ਕਾਰਜਵਾਲੀ ਜਾਣਿਆ ਜਾਂਦਾ ਸਿੱਖ ਭਾਈਚਾਰੇ ਦੇ ਮਸ਼ਹੂਰ ਨੇਤਾ ਨੇ ਗੁਰਿੰਦਰ ਸਿੰਘ ਖਾਲਸਾ ਉਹਨਾਂ ਨੇ ਇੱਕ ਕਮੇਟੀ ਦੇ ਗਠਨ ਦਾ ਐਲਾਨ ਕਰ ਦਿੱਤਾ ਜਿਹੜੀ ਉਹਨਾਂ ਹਾਲਾਤਾਂ ਤੇ ਕਮੀਆਂ ਤੇ ਵਿਚਾਰ ਕਰੇਗੀ ਜਿਸ ਕਾਰਨ ਇੱਕ ਘਟਨਾ ਵਾਪਰੀ ਹੋ ਸਕਦੀ ਹੈ ਫਰਡਕਸ ਕੰਪਲੈਕਸ ਦੇ ਹਿੰਸਾ ਦਾ ਜਿਹੜਾ ਸ਼ਿਕਾਰ ਲੋਕ ਹੋਏ ਸੀ ਉਹਨਾਂ ਵਿੱਚ ਅਮਰਜੀਤ ਕੌਰ ਜੋਹਲ ਜਸਵਿੰਦਰ ਕੌਰ ਆਮਰਦੀਪ ਸੇਖੋਂ ਅਤੇ ਜਸਵਿੰਦਰ ਸਿੰਘ ਦੱਸੇ ਸੀ ਇਹਨਾਂ ਚ ਤਿੰਨ ਔਰਤਾਂ ਤੇ ਇੱਕ ਆਦਮੀ ਸੀ ਤੁਸੀਂ ਦੇਖੋ ਕਿ ਵਡੇਰੀ ਉਮਰ ਦੇ ਸਨ ਤੇ ਇੱਕ ਛੋਟੀ ਉਮਰ ਦਾ ਸੀ ਕੁੱਲ ਮਿਲਾ ਕੇ 8 ਮੌਤਾਂ ਤੇ ਹੁਣ ਹਮਲਾਵਰ ਦੇ ਬਾਬਤ ਜਿਹੜੀ ਜਾਣਕਾਰੀ ਮਿਲੀ ਆ ਉਹ ਆਪਣੇ ਆਪ ਦੇ ਵਿੱਚ ਕਾਫੀ ਅਹਿਮ ਹੈ ਫੜਕਸ ਕੰਪਲੈਕਸ ਦੇ ਬਾਹਰ ਹਮਲਾ ਕਰਕੇ ਜਿਹੜੇ 8 ਲੋਕਾਂ ਨੂੰ ਉਹਨੇ ਮੌਤ ਦੇ ਘਾਟ ਉਤਾਰਿਆ ਤੇ ਇਹ ਬੰਦਾ ਇਸੇ ਕੰਪਨੀ ਦਾ ਸਾਬਕਾ ਮੁਲਾਜ਼ਮ ਸਿਤਨਾਸੀ ਬ੍ਰੈਂਡਨ ਸਕਾਟ ਹੋਲ ਬੀਤੇ ਸਾਲ ਕਾਨੂੰਨੀ ਤੌਰ ਤੇ ਕਹਿੰਦੇ ਉਸ ਨੇ ਦੋ ਬੰਦੂਕਾਂ ਖਰੀਦੀਆਂ ਇੰਡੀਆਨਾ ਪਲਸ ਮੈਟਰੋਪੋਲੀਟਨ ਪੁਲਿਸ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਸਾਨੂੰ ਪਤਾ ਲੱਗਿਆ ਕਿ ਇਸ ਹਮਲਾਵਰ ਨੇ ਬੀਤੇ ਸਾਲ ਜੁਲਾਈ ਅਤੇ ਸਤੰਬਰ ਦੇ ਵਿੱਚ ਇਹ ਬੰਦੂਕਾਂ ਖਰੀਦੀਆਂ ਹਾਲਾਂਕਿ ਜਾਂਚ ਦਾ ਹਵਾਲਾ ਦਿੰਦੇ ਹੋਏ ਉਹਨਾਂ ਇਹ ਨਹੀਂ ਦੱਸਿਆ ਕਿ ਉਸ ਨੇ ਬੰਦੂਕਾਂ ਕਿੱਥੋਂ ਖਰੀਦੀਆਂ ਸੀ ਪਰ ਇਹਨਾਂ ਜ਼ਰੂਰ ਦੱਸਿਆ ਗਿਆ ਹੈ ਕਿ ਹਮਲੇ ਵਿੱਚ ਉਸ ਨੇ ਦੋ ਬੰਦੂਕਾਂ ਦਾ ਇਸਤੇਮਾਲ ਕੀਤਾ ਇੱਕ ਸੀਨੀਅਰ ਪੁਲਿਸ ਅਧਿਕਾਰੀ ਕ੍ਰੈਗ ਮੈਕਾਟ ਨੇ ਕਿਹਾ ਕਿ ਹੋਲਨੇ ਕੰਪਨੀ ਕੰਪਲੈਕਸ ਦੀ ਪਾਰਕਿੰਗ ਦੇ ਵਿੱਚ ਜਾ ਕੇ ਅਚਾਨਕ ਗੋਲੀਆਂ ਵਰਹਾਉਣੀਆਂ ਸ਼ੁਰੂ ਕਰ ਦਿੱਤੀਆਂ ਤੇ ਪਾਰਕਿੰਗ ਦੇ ਵਿੱਚ ਉਸ ਨੇ ਚਾਰ ਵਿਅਕਤੀ ਗੋਲੀਬਾਰੀ ਵਿੱਚ ਹਲਾਕ ਕਰ ਦਿੱਤੇ ਚਾਰਾਂ ਨੂੰ ਮਾਰਨ ਤੋਂ ਬਾਅਦ ਉਹ ਫਿਰ ਉਸ ਇਮਾਰਤ ਵਿੱਚ ਬਿਲਡਿੰਗ ਦੇ ਅੰਦਰ ਜਾ ਵੜਿਆ ਅੰਦਰ ਜਾ ਕੇ ਚਾਰ ਵਿਅਕਤੀਆਂ ਨੂੰ ਉਸ ਨੇ ਹੋਰ ਗੋਲੀਬਾਰੀ ਨਾਲ ਹਲਾਕ ਕਰ ਦਿੱਤਾ ਤੇ ਬਾਅਦ ਦੇ ਵਿੱਚ ਉਸਨੇ ਖੁਦ ਗੋਲੀ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕੀਤੀ। ਕਈ ਜ਼ਖਮੀ ਹੋਏ ਨੇ ਤੇ ਜ਼ਖਮੀਆਂ ਦੇ ਵਿੱਚ ਪੰਜਾਬੀ ਵਿਅਕਤੀ ਵੀ ਸ਼ਾਮਲ ਨੇ। ਤੇ ਬਾਹਰ ਜਿਹੜੀਆਂ ਕਾਰਾਂ ਖੜੀਆਂ ਸਨ ਉਹਨਾਂ ਦੇ ਵਿੱਚ ਗੋਲੀਆਂ ਵੀ ਲੱਗੀਆਂ ਹੋਈਆਂ ਨਜ਼ਰ ਆ ਰਹੀਆਂ ਨੇ। ਕਹਿਣ ਦਾ ਭਾਵ ਜਦੋਂ ਉਸਨੇ ਇਸ ਗੋਲੀਬਾਰੀ ਨੂੰ ਅੰਜਾਮ ਦਿੱਤਾ ਚਾਰ ਵਿਅਕਤੀ ਪਾਰਕਿੰਗ ਦੇ ਵਿੱਚ ਤੇ ਚਾਰ ਉਸਨੇ ਬਿਲਡਿੰਗ ਦੇ ਵਿੱਚ ਅੰਦਰ ਜਾ ਕੇ ਹਲਾਕ ਕਰ ਦਿੱਤੇ ਤੇ ਕਈ ਜ਼ਖਮੀ ਹੋ ਗਏ। ਤੇ ਉਹਨੇ ਗੋਲੀਆਂ ਅੰਨੇ ਵਹਾਵ ਰਾਈਆਂ। ਬਹੁਤ ਸਾਰੀਆਂ ਕਾਰਾਂ ਨੂੰ ਗੋਲੀਆਂ ਲੱਗੀਆਂ ਨਜ਼ਰ ਆ ਰਹੀਆਂ ਨੇ ਪਰ ਉਹਦੀ লাশ ਵੀ ਬਾਅਦ ਦੇ ਵਿੱਚ ਇੱਕ ਕਾਰ ਦੇ ਵਿੱਚੋਂ ਮਿਲੀ ਸੀ ਸੋ ਹੁਣ ਵੱਖੋ-ਵੱਖ ਪਹਿਲੂਆਂ ਤੋਂ ਜਾਂਚ ਹੋ ਰਹੀ ਹੈ ਇਸ ਘਟਨਾ ਦੀ ਇਸ ਤਰੀਕੇ ਨਾਲ ਜਾਂਚ ਦੀ ਮੰਗ ਕੀਤੀ ਹੈ ਸੰਸਦ ਮੈਂਬਰ ਨੇ ਕਿ ਕਿਤੇ ਜਾਣਬੁੱਝ ਕੇ ਸਿੱਖ ਭਾਈਚਾਰੇ ਨੂੰ ਨਿਸ਼ਾਨਾ ਤਾਂ ਨਹੀਂ ਬਣਾਇਆ ਗਿਆ ਕਿਤੇ ਕੋਈ ਨਸਲੀ ਹਿੰਸਾ ਤਾਂ ਨਹੀਂ ਕੀਤੀ ਗਈ ਜਾਂ ਫਿਰ ਉਸ ਵਿਅਕਤੀ ਦਾ ਇਸ ਗੋਲੀਬਾਰੀ ਦੇ ਪਿੱਛੇ ਕੀ ਮਕਸਦ ਸੀ ਉਹ ਵੇਖਦੇ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਘਟਨਾ ਦੀ ਜਾਂਚ ਤੋਂ ਬਾਅਦ ਨਿਕਲ ਕੇ ਕੀ ਸਾਹਮਣੇ ਆਉਂਦਾ ਹੈ। ਭਾਰਤੀ ਅਫਰੀਕੀ ਮੂਲ ਦੀ ਅਮਰੀਕੀ ਔਰਤ ਕਮਲਾ ਹੈਰਸ ਉਹ ਉਪ ਮੁੱਖ ਮੰਤਰੀ ਨੇ ভাইস ਪ੍ਰੈਜ਼ੀਡੈਂਟ ਨੇ ਅਮਰੀਕਾ ਦੇ ਹੁਣ ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਸ ਨੂੰ ਵੀ ਜਾਨੋਂ ਮਾਰਨ ਦੀ ਧਮਕੀ ਮਿਲੀ ਸੀ ਤੇ ਇਹਦੇ ਦੋਸ਼ ਤੇ ਵਿੱਚ ਫਲੋਰੀਡਾ ਸੂਬੇ ਦੀ ਇੱਕ 39 ਵਰਿਆਂ ਦੀ ਨਰਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜਾਣਕਾਰੀ ਦੇ ਮੁਤਾਬਕ ਅਮਰੀਕੀ ਖੁਫੀਆ ਏਜੰਸੀ ਦੀ ਜਾਂਚ ਤੋਂ ਬਾਅਦ ਨਵਿਆਨੇ ਪੇਟਟ ਫਿਲਿਪਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਦਰਜ ਮਾਮਲੇ ਦੇ ਮਤਾਬਕ ਉਸ ਨੇ 13 ਤੋਂ 18 ਫਰਵਰੀ ਦੇ ਦਰਮਿਆਨ ਜਾਣਬੁੱਝ ਕੇ ਉਪ ਰਾਸ਼ਟਰਪਤੀ ਦੀ ਜਾਨ ਤੋਂ ਮਾਰਨ ਅਤੇ ਸਰੀਰਕ ਤੌਰ ਤੇ ਨੁਕਸਾਨ ਪਹੁੰਚਾਉਣ ਦੀ ਧਮਕੀ ਦਿੱਤੀ ਉਹ ਜੈਕਸਨ ਹੈਲਥ ਸਿਸਟਮ ਨਾਲ ਜੁੜੀ ਨਰਸ ਹੈ ਦੋਸ਼ਾਂ ਦੇ ਮਤਾਬਕ ਉਸ ਨੇ ਜੇਲ੍ਹ ਵਿੱਚ ਬੰਦ ਆਪਣੇ ਪਤੀ ਨੂੰ ਇੱਕ ਵੀਡੀਓ ਭੇਜ ਕੇ ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਸ ਦੇ ਵਿਰੁੱਧ ਨਫ਼ਰਤ ਭਰੇ ਸ਼ਬਦਾਂ ਦਾ ਇਸਤੇਮਾਲ ਕੀਤਾ। ਉਸ ਨੇ ਇੱਕ ਵੀਡੀਓ ਵਿੱਚ ਕਿਹਾ ਕਿ ਕਮਲਾ ਹੈਰਸ ਤੁਸੀਂ ਮਰਨ ਜਾ ਰਹੇ ਹੋ ਅਤੇ ਤੁਹਾਡੇ ਬਹੁਤ ਥੋੜੇ ਦਿਨ ਬਚੇ ਰਹੀਂ। ਇਹ ਜਾਂਚ ਚੱਲ ਰਹੀ ਸੀ ਤੇ ਆਖਰਕਾਰ 39 ਵਰਿਆਂ ਦੀ ਇੱਕ ਨਰਸ ਇਸ ਮਾਮਲੇ ਦੇ ਵਿੱਚ ਗ੍ਰਿਫਤਾਰ ਕਰ ਲਈ ਹੈ। ਤੇ ਹੁਣ ਆਪਾਂ ਚੱਲਦੇ ਹਾਂ ਇੰਡੀਆ ਵਾਲੇ ਪਾਸੇ ਨੂੰ। ਬੀਤੇ ਕੁਝ ਦਿਨਾਂ ਤੋਂ ਲਗਾਤਾਰ ਅੰਕੜੇ ਇਹ ਦੱਸ ਰਹੇ ਨੇ ਕਿ ਕੋਵਿਡ-19 ਲਗਾਤਾਰ ਫੈਲ ਰਿਹਾ ਵਧ ਰਿਹਾ ਹੈ। ਇਕੱਲੇ ਇੰਡੀਆ ਵਿੱਚ ਨਹੀਂ WHO ਨੇ ਕੱਲ ਇੱਕ ਰਿਪੋਰਟ ਜਾਰੀ ਕੀਤੀ ਸੀ ਕਿ ਆਪਣੇ ਆਪ ਦੇ ਵਿੱਚ ਹੀ ਚਿੰਤਾ ਦਾ ਵਿਸ਼ਾ ਹੈ ਕਿ ਜਿੰਨੇ ਪਹਿਲਾਂ ਕੇਸ ਦੁਨੀਆ ਭਰ ਤੋਂ ਆਉਂਦੇ ਸੀ ਲਗਭਗ ਹਰ ਪਾਸਿਓਂ ਖਬਰਾਂ ਇਹ ਨੇ ਕਿ ਦੁੱਗਣੇ ਆਉਣੇ ਸ਼ੁਰੂ ਹੋ ਗਏ ਨੇ ਅਸੀਂ ਆਪਣੇ ਇਸ ਬ੍ਰਿਟਿਸ਼ ਕੋਲੰਬੀਆ ਸੂਬੇ ਵਿੱਚ ਵੀ ਦੇਖਦੇ ਹਾਂ ਤੇ ਸਮੁੱਚੀ ਕੈਨੇਡਾ ਤੇ ਵੀ ਜਦੋਂ ਨਜ਼ਰ ਮਾਰਦੇ ਹਾਂ ਪਹਿਲਾਂ ਦੇ ਮੁਕਾਬਲੇ ਕੋਵਿਡ-19 ਦੇ ਕੇਸਸ ਦੇ ਵਿੱਚ ਵਾਧਾ ਹੋਇਆ ਹੈ ਠੀਕ ਹੈ ਬਿਮਾਰੀ ਹੈ ਜਾਂ ਮਹਾਮਾਰੀ ਹੈ ਕਿਸੇ ਨੂੰ ਵੀ ਆਪਣੀ ਲਪੇਟ ਵਿੱਚ ਲੈ ਸਕਦੀ ਹੈ ਆਪਣੇ ਪਰਿਵਾਰ ਤੇ ਜਿਹਦੀ ਅੱਖ ਵਿੱਚ ਆਪਾਂ ਅਥਰੂਣੀ ਦੇਖ ਸਕਦੇ ਪਰ ਆਹ ਇਨਸਾਨੀਅਤ ਨੂੰ ਸ਼ਰਮ ਕਰਨ ਵਾਲੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਜਦੋਂ ਜਦੋਂ ਕੋਵਿਡ ਦੀ ਸ਼ੁਰੂਆਤ ਹੋਈ ਸੀ ਲੁਧਿਆਣੇ ਵਿੱਚੋਂ ਪਟਿਆਲੇ ਵਿੱਚੋਂ ਤੇ ਕਈ ਹੋਰ ਨਾ ਥਾਵਾਂ ਤੋਂ ਇਹ ਖਬਰਾਂ ਮਿਲੀਆਂ ਸੀ ਕਿ ਆਪਣੇ ਆਪਣਿਆਂ ਨੂੰ ਛੱਡ ਕੇ ਦੌੜ ਰਹੇ ਨੇ ਜਦੋਂ ਕਿਸੇ ਪਰਿਵਾਰਕ ਜੀ ਦੀ ਮੌਤ ਹੋ ਗਈ ਲਾਸ਼ ਲੈਣ ਨਹੀਂ ਗਏ ਜੇਕਰ ਪ੍ਰਸ਼ਾਸਨ লাশ ਲਾਇਆ ਤਾਂ ਸਮਸ਼ਾਨ ਘਾਟ ਦੇ ਵਿੱਚ ਸਮਸ਼ਾਨ ਕਰਨ ਵਾਸਤੇ ਉਹਦੇ ਸੰਸਕਾਰ ਕਰਨ ਵਾਸਤੇ ਸਮਸ਼ਾਨ ਘਾਟ ਨਹੀਂ ਗਏ ਤੇ ਉਸੇ ਤਰ੍ਹਾਂ ਦੀਆਂ ਖਬਰਾਂ ਫੇਰ ਆ ਰਹੀਆਂ ਨੇ ਕਿ ਪਰਿਵਾਰਕ ਜੀ ਆਪਣੇ ਤੋਂ ਮੁੱਖ ਮੋੜ ਰਹੇ ਨੇ ਲਖਨਊ ਤੋਂ ਖਬਰ ਮਿਲ ਰਹੀ ਹੈ ਕਰੋਨਾ ਫੈਲ ਚੁੱਕਿਆ ਹੈ ਦੁਨੀਆ ਭਰ ਚ ਫੈਲਿਆ ਹੈ ਪਰ ਅੰਤਮ ਰਸਮਾਂ ਤਾਂ ਕਰਨੀਆਂ ਪੈਣਗੀਆਂ ਨਾ ਸਮਸ਼ਾਨ ਘਾਟ ਦੇ ਵਿੱਚ ਇਹ ਵੀ ਖਬਰਾਂ ਬੀਤੇ ਦਿਨਾਂ ਤੋਂ ਮਿਲ ਰਹੀਆਂ ਨੇ ਕਿ ਲੋਕਾਂ ਨੂੰ ਸੰਸਕਾਰ ਦੇ ਵਾਸਤੇ ਜਦੋਂ ਜਹਦ ਕਰਨੀ ਪੈ ਰਹੀ ਹੈ ਥਾਂ ਨਹੀਂ ਵੱਲ ਰਿਹਾ ਲੰਬੀਆਂ ਲਾਈਨਾਂ ਦੇ ਵਿੱਚ ਲੋਕ ਦੇਖੇ ਜਾ ਰਹੇ ਨੇ ਲੱਗੇ ਹੋਏ ਲਖਨਊ ਦੇ ਵਿੱਚੋਂ ਜਿਹੜੀ ਘਟਨਾ ਸਾਹਮਣੇ ਆ ਰਹੀ ਹੈ ਇਹ ਬਹੁਤੀ ਵਧੀਆ ਘਟਨਾ ਨਹੀਂ ਇਹ ਮੰਦਭਾਗੀ ਘਟਨਾ ਹੈ ਲਾਸ਼ ਨੂੰ ਸ਼ਮਸ਼ਾਨ ਘਾਟ ਦੇ ਬਾਹਰ ਪਰਿਵਾਰਕ ਜੀ ਰੱਖ ਕੇ ਹੀ ਚਲੇ ਗਏ ਜਿਸ ਨੂੰ ਅੱਧੀ ਰਾਤ ਤੋਂ ਬਾਅਦ 12 ਵਜੇ ਤੋਂ ਬਾਅਦ ਸਫਾਈ ਕਰਮਚਾਰੀਆਂ ਨੇ ਖੁਦ ਲਾਸ਼ ਦਾ ਸੰਸਕਾਰ ਕੀਤਾ ਹੈ ਜਾਣਕਾਰੀ ਮਿਲੀ ਹੈ ਕਿ ਲਖਨਊ ਦੇ ਆलमबाग ਇਲਾਕੇ ਦੇ ਵਿੱਚ ਸ਼ਮਸ਼ਾਨ ਘਾਟ ਪੈਂਦਾ ਇੱਕ ਕੋਵਿਡ-19 ਦੇ ਜਿਹੜੇ ਮਰੀਜ਼ ਨੇ ਜਦੋਂ ਉਹਨਾਂ ਦੀ ਮੌਤ ਹੋ ਜਾਂਦੀ ਹੈ ਤਾਂ ਉਹਨਾਂ ਦੀਆਂ ਲਾਸ਼ਾਂ ਉੱਥੇ ਲਿਜਾਈਆਂ ਜਾਂਦੇ ਤੇ ਸੰਸਕਾਰ ਉਹਨਾਂ ਦਾ ਉੱਥੇ ਕੀਤਾ ਜਾਂਦਾ ਹੈ ਤੇ ਲੋਕਾਂ ਨੂੰ ਸ਼ਮਸ਼ਾਨ ਘਾਟ ਦੇ ਵਿੱਚ ਉੱਥੋਂ ਵੀ ਪਤਾ ਹੈ ਲੱਗ ਰਿਹਾ ਹੈ ਕਿ ਉੱਥੇ ਕਾਫੀ ਸਮਾਂ ਇੰਤਜ਼ਾਰ ਕਰਨਾ ਪੈਂਦਾ ਭਾਵ ਉੱਥੇ ਬਹੁਤਾਂ ਦੀ ਗਿਣਤੀ ਵਧਣ ਕਾਰਨ ਲਾਸ਼ਾਂ ਸ਼ਮਸ਼ਾਨ ਘਾਟ ਵਿੱਚ ਜ਼ਿਆਦਾ ਪਹੁੰਚ ਰਹੀਆਂ ਨੇ ਆ ਆलमबाग ਦੀ ਜਿਹੜੀ ਕਟਨਾ ਹੈ ਜਾਣਕਾਰੀ ਮਿਲੀ ਹੈ ਕਿ ਨਹਿਰ ਸ਼ਮਸ਼ਾਨ ਘਾਟ ਵਿੱਚ ਕੰਮ ਕਰਨ ਵਾਲੇ ਨਿਤਿਨ ਪੰਡਤ ਨੇ ਦੱਸਿਆ ਕਿ ਅੰਤਮ ਸੰਸਕਾਰ ਦਾ ਉਹ ਕੰਮ ਉੱਥੇ ਕਰਦੇ ਆਂ। ਦੇਰ ਸ਼ਾਮ ਕੁਝ ਲੋਕ ਗੋਰਖਪੁਰ ਤੋਂ ਕਰੋਨਾ ਪੀੜ ਦੀ লাশ ਉਹਦਾ ਸੰਸਕਾਰ ਕਰਨ ਵਾਸਤੇ ਉੱਥੇ ਲੈ ਕੇ ਆਏ ਪਰ ਉਹਨਾਂ ਨੂੰ ਦੱਸਿਆ ਗਿਆ ਕਿ ਇੱਥੇ ਭਾਈ ਹਾਲੇ ਥਾਂ ਹੈ ਨਹੀਂ ਇੰਤਜ਼ਾਰ ਕਰਨਾ ਪਏਗਾ। ਇੰਤਜ਼ਾਰ ਕਰਨ ਨੂੰ ਕਹਿੰਦੇ ਅਸੀਂ ਆਖਿਆ ਇਹ ਵਿਗੜਾਸੀ ਸ਼ਾਮ ਦਾ ਪਰ ਕਹਿੰਦੇ ਉਹਨਾਂ ਨੇ ਇੰਤਜ਼ਾਰ ਕੋਈ ਨਹੀਂ ਕੀਤਾ ਪਰ ਜਦੋਂ ਅਸੀਂ ਅੱਧੀ ਰਾਤ ਨੂੰ ਬਾਹਰ ਨਿਕਲ ਕੇ ਦੇਖਿਆ ਤਾਂ ਸ਼ਮਸ਼ਾਨ ਘਾਟ ਦੇ ਗੇਟ ਦੇ ਵਿੱਚ ਉ ਲੋਕ ਆਪਣੇ ਜੀ ਦੀ লাশ ਰੱਖ ਕੇ ਡੈੱਡ ਬੋਡੀ ਰੱਖ ਕੇ ਉੱਥੋਂ ਜਾ ਚੁੱਕੇ ਸਨ ਉਹ ਕਹਿੰਦੇ ਅਸੀਂ ਕੁਝ ਘੰਟੇ ਹੋਰ ਇੰਤਜ਼ਾਰ ਕੀਤਾ ਕਿ ਸ਼ਾਇਦ ਉਹ ਵਾਪਸ ਆਉਣਗੇ ਜਦੋਂ ਕੋਈ ਨਾ ਆਇਆ ਤਾਂ ਅੱਧੀ ਰਾਤ ਤੋਂ ਬਾਅਦ ਅਸੀਂ ਸਾਰੇ ਕਰਮਚਾਰੀਆਂ ਨੇ ਰਲ ਕੇ ਉਸ ਵਿਅਕਤੀ ਦੀ লাশ ਦਾ ਸਸਕਾਰ ਕਰ ਦਿੱਤਾ ਸੋ ਕਹਿਣ ਦਾ ਭਾਵ ਕਿ ਆਪਣੇ ਆਪਣਿਆਂ ਤੋਂ ਕਿਵੇਂ ਮੁੱਖ ਮੋੜ ਰਹੇ ਨੇ ਅੱਜ ਉਸ ਅਰਥੀ ਦੇ ਉੱਤੇ ਕੋਈ ਹੋਰ ਪਿਆ ਕੱਲ ਨੂੰ ਸਾਡੇ ਵਿੱਚੋਂ ਵੀ ਕੋਈ ਹੋ ਸਕਦਾ ਹੈ ਅਸੀਂ ਇਸ ਵਕਤ ਦੇ ਵਿੱਚ ਦੱਸੀਏ ਕਿ ਮਾਨਵਤਾ ਕੀ ਹੈ ਮਨੁੱਖਤਾ ਕੀ ਹੈ ਉਹ ਲੋਕ ਵੀ ਨੇ ਜਿਹੜੇ ਦਿੱਲੀ ਵਿੱਚ ਵੇਖੋ ਤੇ ਕੀ ਹੋਰ ਨਾ ਥਾਵਾਂ ਦੇ ਉੱਤੇ ਸਮਾਜ ਸੇਵੀ ਜਥੇਬੰਦੀਆਂ ਨੇ ਜਿਹੜੀਆਂ ਕੋਰੋਨਾ ਦੇ ਨਾਲ ਫੌਤ ਹੋ ਚੁੱਕੇ ਲੋਕਾਂ ਦਾ ਸੰਸਕਾਰ ਕਰਦੀਆਂ ਨੇ ਬਾਡੀਜ਼ ਆਪ ਕਲੈਕਟ ਕਰਕੇ ਲਿਆਉਂਦੀਆਂ ਨੇ ਪਰ ਉਹਨਾਂ ਦਾ ਸਿਰਫ ਰਿਸ਼ਤਾ ਕੀ ਹੈ ਕਿ ਮਨੁੱਖਤਾ ਦਾ ਰਿਸ਼ਤਾ ਹੈ ਮਨੁੱਖਤਾ ਦਾ ਧਰਮ ਹੈ ਪਰ ਆ ਲੋਕ ਉਹ ਨੇ ਜਿਹੜੇ ਆਪਣੇ ਰਿਸ਼ਤੇਦਾਰ ਤੇ ਪਰਿਵਾਰਕ ਜੀ ਸਨ ਤੇ ਹੁਣ ਦੁਨੀਆ ਤੁਰ ਕਿੱਧਰ ਨੂੰ ਪਈ ਹੈ ਅਖੰਨਾ ਦੇ ਨੇੜੇੋਂ ਖਬਰ ਮਿਲੀ ਹੈ ਪਿੰਡ ਚਕੋਹੀ ਦੀ 50 ਰੁਪਏ ਪਿੱਛੇ ਬੰਦੇ ਦਾ ਕਤਲ ਕਰ ਦਿੱਤਾ ਜਾਣਕਾਰੀ ਵੜੀ ਹੈ ਕਿ ਪਿੰਡ ਚਕੋਹੀ ਦੇ ਵਿੱਚ ਭੱਠੇ ਤੇ 50 ਰੁਪਏ ਪਿੱਛੇ ਕਤਲ ਹੋ ਗਿਆ ਝਗੜਾ ਵਧ ਗਿਆ ਇੱਕ ਬਜ਼ੁਰਗ ਦੇ ਸਿਰ ਦੇ ਵਿੱਚ ਡੰਡਾ ਮਾਰਿਆ ਗਿਆ ਤੇ ਉਹਦੀ ਮੌਤ ਹੋ ਗਈ ਹੈ ਮਰਤਕ ਦੀ ਪਛਾਣ 65 ਵਰਿਆ ਦੇ ਕ੍ਰਿਸ਼ਨ ਕੁਮਾਰ ਵਜੋਂ ਹੋਈ ਹੈ ਜੋ ਅਸਲ ਦੇ ਵਿੱਚ ਮੂਲ ਰੂਪ ਨਾਲ ਯੂਪੀ ਦਾ ਰਹਿਣ ਵਾਲਾ ਹੈ। ਅਤੇ ਬੀਤੇ ਲੰਬੇ ਸਮੇਂ ਤੋਂ ਉਹ ਇੱਥੇ ਪੱਠੇ ਤੇ ਕੰਮ ਕਰਦਾ ਹੈ। ਪੁਲਿਸ ਨੇ লাশ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕੀਤੀ ਹੈ। ਮਰਤਕ ਦੇ بیٹے ਦੀਪਕ ਨੇ ਦੱਸਿਆ ਕਿ ਪੱਠੇ ਤੇ ਹੀ ਉਸਤੇ ਭਰਾ ਦੀ ਨਾਈ ਦੀ ਦੁਕਾਨ ਕੀਤੀ ਹੋਈ ਹੈ। ਇਸ ਦੇ ਨਾਲ ਵਾਲੇ ਪੱਠੇ ਤੋਂ ਕਹਿੰਦੇ ਦੋ ਨੌਜਵਾਨ ਵਾਲ ਕਟਾਉਣ ਵਾਸਤੇ ਆਏ। ਵਾਲ ਕੱਟ ਦਿੱਤੇ ਜਦੋਂ ਉਸਤੇ ਭਰਾ ਨੇ ਕਟਿੰਗ ਦੇ 50 ਰੁਪਏ ਮੰਗੇ। ਤਾਂ ਨੌਜਵਾਨਾਂ ਨੇ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ। ਇਸੇ ਦੌਰਾਨ ਬਹਿਸ ਹੋਈ। ਬਹਿਸ ਤੋਂ ਬਾਅਦ ਨਾਲ ਵਾਲੇ ਪੱਠੇ ਤੋਂ ਅੰਕਿਤ ਅਤੇ ਵਿਕਾਸ ਕਹਿੰਦੇ ਆਪਣੇ ਹੋਰ ਸਾਥੀਆਂ ਨੂੰ ਲੈ ਕੇ ਆਏ। ਉਹਨਾਂ ਨੇ ਆ ਕੇ ਝਗੜਾ ਕਰਨਾ ਸ਼ੁਰੂ ਕਰ ਦਿੱਤਾ। ਉਹ ਕਹਿੰਦੇ ਉਸਦੇ ਪਿਤਾ ਕ੍ਰਿਸ਼ਨ ਕੁਮਾਰ ਦੇ ਸਿਰ ਵਿੱਚ ਉਹਨਾਂ ਨੇ ਡੰਡਾ ਮਾਰਿਆ। ਜਿਸ ਨਾਲ ਉਹਨਾਂ ਦੇ ਪਿਤਾ ਦੇ ਸਿਰ ਅਤੇ ਨੱਕ ਵਿੱਚੋਂ ਖੂਨ ਵਹਿਣਾ ਸ਼ੁਰੂ ਹੋ ਗਿਆ। ਪਰਿਵਾਰ ਦੇ ਲੋਕ ਕ੍ਰਿਸ਼ਨ ਕੁਮਾਰ ਨੂੰ ਮੋਟਰਸਾਈਕਲ ਤੇ ਬਿਠਾਇਆ ਵਿਚਾਲੇ। ਉੱਥੋਂ ਲਗਭਗ 15 ਕਿਲੋਮੀਟਰ ਦੂਰ ਸਦਰ ਥਾਣੇ ਲੈ ਕੇ ਪਹੁੰਚੇ ਹੁਣ ਤੁਸੀਂ ਦੇਖੋ ਕਿ ਅੰਗਹਿਲੀ ਪਰਿਵਾਰ ਵੱਲੋਂ ਵੀ ਜੇ ਜ਼ਖਮੀ ਹੋ ਗਿਆ ਪਰਿਵਾਰ ਦਾ ਜੀ ਨੱਕ ਚੋਂ ਖੂਨ ਵਹਿ ਰਿਹਾ ਸਿਰ ਚ ਜ਼ਖਮ ਹੋ ਗਿਆ ਸਿਰ ਚੋਂ ਖੂਨ ਵਹਿ ਰਿਹਾ ਤੇ ਇਹ ਹਰ ਇੱਕ ਵਿਅਕਤੀ ਨੂੰ ਪਤਾ ਹੋਊਗਾ ਕਿ ਇਲਾਜ ਵਾਸਤੇ ਕਿੱਥੇ ਲੈ ਕੇ ਜਾਣਾ ਉਹ ਲਗਭਗ 15 ਕਿਲੋਮੀਟਰ ਦੂਰ ਸਦਰ ਥਾਣੇ ਵਿੱਚ ਥਾਣੇ ਚ ਲੈ ਕੇ ਗਏ ਹਸਪਤਾਲ ਨਹੀਂ ਲੈ ਕੇ ਗਏ ਜਦੋਂ ਕੇ ਜ਼ਖਮੀ ਕ੍ਰਿਸ਼ਨ ਕੁਮਾਰ ਨੂੰ ਥਾਣੇ ਦੀ ਬਜਾਏ ਹਸਪਤਾਲ ਲੈ ਜਾਣ ਦੀ ਜ਼ਰੂਰਤ ਸੀ ਇਸ ਤੋਂ ਬਾਅਦ ਪੁਲਿਸ ਵਾਲਿਆਂ ਨੇ ਕ੍ਰਿਸ਼ਨ ਕੁਮਾਰ ਦੀ ਜਦੋਂ ਸਥਿਤੀ ਦੇਖੀ ਹਾਲਤ ਵੇਖੀ ਉਹ ਕਹਿੰਦੇ ਇੰਜ ਕਰੋ ਉਹ ਹਸਪਤਾਲ ਲੈ ਕੇ ਜਾਓ ਪਰ ਉਦੋਂ ਤੱਕ ਦੇਰ ਹੋ ਚੁੱਕੀ ਸੀ ਡਾਕਟਰਾਂ ਨੇ ਕ੍ਰਿਸ਼ਨ ਕੁਮਾਰ ਨੂੰ ਮ੍ਰਿਤਕ ਐਲਾਨ ਦਿੱਤਾ ਤੇ ਦੂਸਰੇ ਪਾਸੇ ਪੁਲਿਸ ਅਧਿਕਾਰੀ ਕਹਿੰਦੇ ਅਸੀਂ ਜਾਂਚ ਸ਼ੁਰੂ ਕਰ ਦਿੱਤੀ ਹੈ ਵੇਖਦੇ ਹਾਂ ਕਿ ਦਰਅਸਲ ਇਹ ਮਾਮਲਾ ਕੀ ਸੀ ਬੀਤੇ ਦਿਨੀ ਪ੍ਰੋਗਰਾਮ ਪੰਜਾਬ ਬੋਲਦਾ ਦੇ ਵਿੱਚ ਮੈਂ ਇੱਕ ਤੁਹਾਡੇ ਨਾਲ ਵੀਡੀਓ ਸ਼ੇਅਰ ਕੀਤੀ ਸੀ ਸਤਨਾਮ ਸਿੰਘ ਅਹਿਮਦ ਢੰਡੀ ਵਾਲਿਆਂ ਨੇ ਫਿਰੋਜ਼ਪੁਰ ਦੇ ਨੇੜੇ ਇੱਕ ਫਾਟਕ ਪੈਂਦਾ ਤੇ ਉਸ ਫਾਟਕ ਦੀ ਵੀਡੀਓ ਬਣਾ ਕੇ ਭੇਜੀ ਸੀ ਕਿ ਆਹ ਦੇਖੋ ਫਾਟਕ ਲੱਗੀ ਹੋਈ ਨਹੀਂ ਪਰ ਇਹਨਾਂ ਲੋਕਾਂ ਨੂੰ ਕਾਹਲੀ ਪਤਾ ਨਹੀਂ ਕਿਹੜੀ ਆ ਪਤਾ ਨਹੀਂ ਕਿਹੜੀ ਜਾ ਕੇ ਇਹਨਾਂ ਨੇ ਅੱਗ ਬੁਝਾਉਣੀ ਐ ਫਾਟਕ ਲੱਗਿਆਂ ਦੇ ਦੀ ਸਕੂਟਰ ਦੀ ਮੋਟਰਸਾਈਕਲ ਪੈਦਲ ਲੋਕ ਤੁਰ ਤੁਰ ਕੇ ਲੰਘ ਰਹੇ ਨੇ ਕਈ ਵਾਰੀ ਅਸੀਂ ਪ੍ਰਸ਼ਾਸਨ ਦੇ ਉੱਤੇ ਬਹੁਤ ਸਾਰੇ ਇਲਜ਼ਾਮ ਲਾਉਨੇ ਆ ਇਲਜ਼ਾਮ ਹੀ ਲਾਉਨੇ ਆ ਕਿ ਰੋਡੇ ਫਾਟਕ ਸੀ ਪਤਾ ਹੀ ਨਹੀਂ ਲੱਗਿਆ ਗੱਡੀ ਦੇ ਲਪੇਟ ਵਿੱਚ ਆ ਗਏ ਮੈਂ ਉਸ ਦਿਨ ਵੀ ਜ਼ਿਕਰ ਕੀਤਾ ਸੀ ਕਿ ਇਸ ਮੁਲਕ ਜਾਂ ਹੋਰ ਨਾ ਬਹੁਤ ਸਾਰੇ ਮੁਲਕਾਂ ਦੇ ਵਿੱਚ ਬਹੁਤ ਸਾਰੇ ਥਾਵਾਂ ਤੇ ਫਾਟਕ ਹੈ ਹੀ ਨਹੀਂ ਫਾਟਕ ਰੋਡੇ ਹੀ ਹੈ ਪਰ ਲੋਕ ਆਪਣੀ ਜ਼ਿੰਮੇਵਾਰੀ ਸਮਝਦੇ ਆ ਕਿ ਅਸੀਂ ਟ੍ਰੇਨ ਟਰੈਕ ਦੇ ਉੱਤੋਂ ਦੀ ਲੰਘਣਾ ਆਲੇ ਦੇਖੀਏ ਦੁਆਲੇ ਦੇਖੀਏ ਪਰ ਜਿੱਥੇ ਫਾਟਕ ਵੀ ਲੱਗੇ ਹੋਏ ਨੇ ਸਾਨੂੰ ਤਾਂ ਉੱਥੇ ਚੈਨ ਨਹੀਂ ਆਉਂਦੀ ਪਤਾ ਨਹੀਂ ਅੱਗੇ ਜਾ ਕੇ ਅਸੀਂ ਕਿਹੜੇ ਕੰਮ ਕਰਨੇ ਹੁੰਦੇ ਨੇ ਕਿਹੜੀ ਅੱਗ ਬੁਝਾਉਣੀ ਹੁੰਦੀ ਹੈ ਪਰ ਆ ਜਲੰਧਰ ਦੇ ਸੋਡੜ ਫਾਟਕ ਤੋਂ ਖਬਰ ਬਲ ਰਹੀ ਹੈ ਕਿ ਰੇਲ ਦੀ ਲਪੇਟ ਵਿੱਚ ਇੱਕ ਬੰਦਾ ਆਇਆ ਨੌਜਵਾਨ ਮੌਤ ਹੋ ਗਈ ਫਾਟਕ ਬੰਦ ਸੀ ਪਰ ਇਹ ਸਵੈਕ ਸਵਾਰ ਨੇ ਇਸ ਮੋਟਰਸਾਈਕਲ ਸਵਾਰ ਨੇ ਫਾਟਕ ਦੇ ਹੇਠੋਂ ਦੀ ਆਪਣਾ ਮੋਟਰਸਾਈਕਲ ਕੱਢਣ ਦੀ ਕੋਸ਼ਿਸ਼ ਕੀਤੀ ਤੇ ਡੀ ਲਕਸ ਟ੍ਰੇਨ ਆ ਰਹੀ ਸੀ ਉਹਦੀ ਲਪੇਟ ਵਿੱਚ ਆ ਗਿਆ ਮ੍ਰਿਤਕ ਦੀ ਪਛਾਣ ਗੁਰਮੇਲ ਸਿੰਘ ਵਾਸੀ ਨੰਗਲ ਸਲੇਮਪੁਰ ਦੇ ਰੂਪ ਵਿੱਚ ਕੀਤੀ ਗਈ ਹੈ ਜਾਣਕਾਰੀ ਦਿੰਦਿਆਂ ਜੀਆਰਪੀ ਦੇ ਏਐਸਆਈ ਹੀਰਾ ਸਿੰਘ ਨੇ ਦੱਸਿਆ ਕਿ ਟ੍ਰੇਨ ਦੀ ਲਪੇਟ ਵਿੱਚ ਆਉਣ ਕਰਕੇ ਵਿਅਕਤੀ ਦੀ ਮੌਤ ਹੋਈ ਹੈ ਉਹਨਾਂ ਕਿਹਾ ਕਿ লাশ ਕਬਜ਼ੇ ਵਿੱਚ ਲੈ ਗਈ ਹੈ ਲੈ ਲਈ ਗਈ ਹੈ ਪੋਸਟ ਮਾਰਟਮ ਵਾਸਤੇ ਭੇਜ ਦਿੱਤੀ ਗਈ ਹੈ ਤੇ ਮਾਮਲਾ ਸਵੇਰ ਦੇ ਲਗਭਗ 9 ਵਜੇ ਦਾ ਸੀ ਜਦੋਂ ਇਹ ਹਾਦਸਾ ਵਾਪਰਿਆ ਉਸ ਸਮੇਂ ਕਹਿੰਦੇ ਨੌਜਵਾਨ ਨੇ ਆਪਣੇ ਕੰਨਾਂ ਦੇ ਵਿੱਚ ਹੈੱਡਫੋਨ ਲਗਾਏ ਹੋਏ ਸੀ ਜਿਸ ਕਰਕੇ ਉਹਨੂੰ ਰੇਲ ਦੇ ਆਉਣ ਦੀ ਆਵਾਜ਼ ਨਹੀਂ ਸੀ ਸੁਣ ਰਹੀ ਗੇਟ ਕੀਪਰ ਨੇ ਗੇਟਮੈਨ ਨੇ ਇਹ ਦੱਸਿਆ ਕਿ ਅਸੀਂ ਉਸ ਨੌਜਵਾਨ ਨੂੰ ਆਵਾਜ਼ਾਂ ਮਾਰੀਆਂ ਆਲੇ ਦੁਆਲੇ ਖੜੇ ਬਹੁਤ ਸਾਰੇ ਲੋਕਾਂ ਨੇ ਆਵਾਜ਼ਾਂ ਮਾਰੀਆਂ ਉਹ ਰੇਲ ਨੇੜੇ ਆ ਗਈ ਉਹ ਰੇਲ ਨੇੜੇ ਆ ਗਈ ਪਰ ਕੰਨਾਂ ਦੇ ਵਿੱਚ 뮤직 ਲਾਇਆ ਹੋਣਾ ਉੱਤੀ ਉੱਤੀ ਵੱਜ ਰਿਹਾ ਹੋਣਾ ਉਹਨੂੰ ਨਾ ਲੋਕਾਂ ਦੀਆਂ ਆਵਾਜ਼ਾਂ ਸੁਣੀਆਂ ਨਾ ਰੇਲ ਦੇ ਆਉਣ ਦੀਆਂ ਆਵਾਜ਼ਾਂ ਸੁਣੀਆਂ ਤੇ ਅੱਖ ਦੇ ਝਪਕੇ ਨਾਲ ਟ੍ਰੇਨ ਨੇ ਆ ਕੇ ਉਹਨੂੰ ਆਪਣੀ ਲਪੇਟ ਵਿੱਚ ਲੈ ਲਿਆ ਇਸੇ ਤਰ੍ਹਾਂ ਦੀ ਘਟਨਾ ਇੱਥੋਂ ਸਰੀ ਦੇ ਨੇੜੇ ਪੈਂਦਾ ਮਿਸ਼ਨ ਉੱਥੇ ਇੱਕ ਲੜਕੀ ਨਾ ਵਾਪਰੀ ਸੀ ਵਾਪਰੀ ਕਿਵੇਂ ਪੰਜਾਬ ਤੋਂ ਪੜਨ ਵਾਸਤੇ ਕੈਨੇਡਾ ਆਈ ਹੋਈ ਸੀ ਬਹੁਤ ਸਾਰੇ ਵਿਦਿਆਰਥੀਆਂ ਨੂੰ ਅਕਸਰ ਜਿੱਥੇ ਮਿਲਣ ਉਹਨਾਂ ਨੂੰ ਕਹੀਦਾ ਕਿ ਦੋਵੇਂ ਹੈੱਡਫੋਨ ਨਾ ਕੰਨਾਂ ਚ ਲਾਓ ਇੱਕ ਪਾਸਾ ਸੁੰਨਾ ਛੱਡ ਲਓ ਤਾਂ ਕਿ ਦੂਸਰੇ ਪਾਸੇ ਤੁਹਾਨੂੰ ਪਤਾ ਤਾਂ ਲੱਗੇ ਕਿ ਕੋਈ ਹੋਰ ਆਵਾਜ਼ ਵੀ ਆ ਰਹੀ ਹੈ ਉਹਨੇ ਕੰਨਾਂ ਦੇ ਵਿੱਚ ਹੈੱਡਫੋਨ ਲਾਏ ਹੋਏ ਸੀ 뮤직 ਸੁਣਦੀ ਜਾ ਰਹੀ ਸੀ ਦੂਸਰੇ ਪਾਸੋਂ ਟ੍ਰੇ ਰਾਈ ਕਿਉਂਕਿ ਇੱਥੇ ਤਾਂ ਫਾਟਪੀ ਰੋਡ ਹੈ ਰੇਲ ਨੇ ਆ ਕੇ ਆਪਣੀ ਲਪੇਟ ਵਿੱਚ ਲੈ ਲਿਆ ਸੀ ਤੇ ਉਸ ਲੜਕੀ ਦੀ ਵੀ ਮੌਤ ਹੋ ਗਈ ਸੀ ਤੇ ਇਸ ਕਰਕੇ ਗੁਰੇਜ਼ ਕਰਿਆ ਕਰੋ ਤੁਹਾਨੂੰ ਤੁਹਾਡੇ ਘਰ ਵਿੱਚ ਕੋਈ ਉਡੀਕ ਰਿਹਾ ਹੁੰਦਾ ਹੈ ਜਿਹੜੀ ਮੰਜ਼ਲ ਵੱਲ ਨੂੰ ਜਾ ਰਹੇ ਹੋ ਤੇ ਉੱਥੇ ਵੀ ਤੁਹਾਡੀ ਉਡੀਕ ਹੋ ਰਹੀ ਹੁੰਦੀ ਹੈ 5 ਮਿੰਟ 10 ਮਿੰਟ 20 ਮਿੰਟ ਅੱਧਾ ਘੰਟਾ ਪਲਾ ਕਿੰਨੀ ਦੇਰ ਵਾਸਤੇ ਫਟਕ ਬੰਦ ਰਹੇਗਾ ਆ ਹੁਣ ਜਿਹੜਾ ਨੌਜਵਾਨ ਇਸ ਦੁਨੀਆ ਤੋਂ ਚਲਾ ਗਿਆ ਘਰ ਦੇ ਵਿੱਚ ਵਿਰਾਗ ਹੈ ਵਰਲਾਪ ਹੋ ਰਿਹਾ ਹੈ ਹੁਣ ਕਦੀ ਨਹੀਂ ਪਰਤਣਾ ਉਹਨੇ ਇਹ ਹੋ ਰਹੇ ਹਾਦਸੇ ਸਾਨੂੰ ਕੁਝ ਨਾ ਕੁਝ ਸਿੱਖਿਆ ਦੇ ਕੇ ਜਾ ਰਹੇ ਹੁੰਦੇ ਨੇ ਤੇ ਅਗਲੀ ਖਬਰ ਕਿਸਾਨੀ ਸੰਘਰਸ਼ ਨਾਲ ਜੁੜੀ ਹੈ ਬੀਤੇ ਕੁਝ ਘੰਟਿਆਂ ਦੇ ਵਿੱਚ ਕਈ ਜਾਨਾਂ ਕਿਸਾਨੀ ਸੰਘਰਸ਼ ਨੇ ਲੈ ਲਈਆਂ ਨੇ ਦਿੱਲੀ ਦੀ ਟਿਕਰੀ ਸਰਹਾਦ ਤੇ ਵਿਧਾਨ ਸਭਾ ਹਲਕਾ ਬੱਲੂਆਣਾ ਦਾ ਪਿੰਡ ਪੰਘਾਲਾ ਉੱਥੋਂ ਦੇ ਰਹਿਣ ਵਾਲੇ ਲਗਭਗ 75 ਵਰਿਆਂ ਦੇ ਕਿਸਾਨ ਮਲਕੀਤ ਸਿੰਘ ਦੀ ਦਿਲ ਦਾ ਦੌਰਾ ਪੈਣ ਕਰਨ ਮੌਤ ਹੋਈ ਦੱਸੀ ਗਈ ਹੈ ਮਲਕੀਤ ਸਿੰਘ ਦੇ ਪੁੱਤਰ ਨੇ ਦੱਸਿਆ ਕਿ ਉਹਨਾਂ ਦੇ ਪਿਤਾ ਜੀ ਲੰਬੇ ਸਮੇਂ ਤੋਂ ਦਿੱਲੀ ਕਿਸਾਨੀ ਸੰਘਰਸ਼ ਵਿੱਚ ਹਿੱਸਾ ਲੈ ਰਹੇ ਸਨ ਬੀਤੇ ਦਿਨ ਉਹਨਾਂ ਦੇ ਪਿਤਾ ਦੀ ਛਾਤੀ ਵਿੱਚ ਦਰਦ ਉੱਠਿਆ ਹਸਪਤਾਲ ਲਿਜਾਇਆ ਜਾ ਰਿਹਾ ਸੀ ਪਰ ਦਿਲ ਦਾ ਦੌਰਾ ਰਸਤੇ ਵਿੱਚ ਹੀ ਪੈ ਗਿਆ ਉਹਨਾਂ ਦੀ ਮੌਤ ਹੋ ਗਈ। ਇਸੇ ਤਰ੍ਹਾਂ ਫੂਲ ਦੇ ਰਹਿਣ ਵਾਲੇ ਇੱਕ ਬੇਜ਼ਮੀਨੇ ਕਿਸਾਨ 65 ਵਰਿਆਂ ਦੇ ਦਰਸ਼ਨ ਸਿੰਘ ਦੀ ਮੌਤ ਹੋ ਜਾਣ ਦੀ ਖਬਰ ਵੀ ਮਿਲੀ ਹੈ। ਜੋ ਬੀਤੇ ਦਿਨੀ ਦਿੱਲੀ ਮੋਰਚੇ ਤੋਂ ਪਰਤੇ ਸੀ। ਜਾਣਕਾਰੀ ਅਨੁਸਾਰ ਬਿਮਾਰ ਹੋਣ ਤੇ ਵਾਪਸ ਪਰਤਣ ਤੇ ਉਹਨਾਂ ਨੂੰ ਫਰੀਦਕੋਟ ਦੇ ਇੱਕ ਹਸਪਤਾਲ ਦੇ ਵਿੱਚ ਪੜਤੀ ਕਰਵਾਇਆ ਗਿਆ ਜਿੱਥੇ ਉਹਨਾਂ ਦੀ ਮੌਤ ਹੋ ਗਈ। ਇਸੇ ਤਰ੍ਹਾਂ ਦਿੱਲੀ ਮੋਰਚੇ ਤੋਂ ਪਰਤੇ ਪਵਾਨੀਗੜ੍ਹ ਤੇ ਨੇੜਲੇ ਪਿੰਡ ਰੇਤਗੜ੍ਹ ਦੇ ਇੱਕ ਕਿਸਾਨ ਦੀ ਵੀ ਮੌਤ ਹੋਈ ਹੈ। ਮ੍ਰਿਤਕ ਕਿਸਾਨ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜੱਥੇਬੰਦੀ ਨਾਲ ਸੰਬੰਧਿਤ ਸੀ। ਉਹ ਬੀਤੇ ਦਿਨੀ ਟੀਕਰੀ ਸਰਹੱਦ ਤੋਂ ਵਿਵਾਰ ਹਾਲਤ ਵਿੱਚ ਘਰ ਪਰਤੇ। ਜਾਣਕਾਰੀ ਦਿੰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਪਿੰਡ ਇਕਾਈ ਰੇਤਗੜ੍ਹ ਦੇ ਪ੍ਰਧਾਨ ਨੇ ਹਰਨੇਕ ਸਿੰਘ। ਉਹਨਾਂ ਨੇ ਦੱਸਿਆ ਕਿ ਜੱਥੇ ਜੱਥੇਬੰਦੀ ਦੀ ਅਗਵਾਈ ਹੇਠ ਦਿੱਲੀ ਮੋਰਚੇ ਦੇ ਵਿੱਚ ਸ਼ਾਮਲ ਹੋਏ। ਪਿੰਡ ਦੇ ਕਿਸਾਨ ਕਰਮਜੀਤ ਸਿੰਘ ਜਿਨ੍ਹਾਂ ਦੀ ਉਮਰ ਲਗਭਗ 45 ਬਰੇ ਸੀ ਉਥੇ ਬਿਮਾਰ ਹੋਏ ਬਿਮਾਰ ਹੋਣ ਉਪਰੰਤ ਬੀਤੀ 15 ਅਪ੍ਰੈਲ ਨੂੰ ਘਰ ਪਹੁੰਚੇ ਉਸੇ ਦਿਨ ਤੋਂ ਬਿਮਾਰ ਚੱਲ ਰਹੇ ਕਰਮਜੀਤ ਸਿੰਘ ਦਾ ਬੀਤੀ ਰਾਤ ਸਿਹਤ ਵਿਗੜਨ ਕਾਰਨ ਉਹਨਾਂ ਦਾ ਦਿਹਾਂਤ ਹੋ ਗਿਆ ਕਿਸਾਨ ਆਗੂ ਹਰਨੇਕ ਸਿੰਘ ਨੇ ਦੱਸਿਆ ਕਿ ਕਿਸਾਨ ਯੂਨੀਅਨ ਦੇ ਵਰਕਰਾਂ ਨੇ ਕਿਸਾਨੀ ਝੰਡੇ ਨਾਲ ਮ੍ਰਿਤਕ ਨੂੰ ਸਨਮਾਨਿਤ ਕੀਤਾ ਅਤੇ ਉਹਨਾਂ ਦਾ ਸੰਸਕਾਰ ਕਰ ਦਿੱਤਾ ਗਿਆ ਜੱਥੇਬੰਦੀ ਨੇ ਸਰਕਾਰ ਤੋਂ ਮਰਤੇ ਕਿਸਾਨ ਦੇ ਪਰਿਵਾਰ ਨੂੰ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ। ਇਸੇ ਤਰ੍ਹਾਂ ਇੱਕ ਹੋਰ ਖਬਰ ਮਿਲੀ ਹੈ। ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਬਲਾਕ ਮੱਖੂ ਦੇ ਸਖਤਰ ਬੁੱਢਾ ਸਿੰਘ ਜੱਗੇਵਾਲਾ ਉਹ ਮੋਰਚੇ ਦੇ ਸ਼ਹੀਦਾਂ ਵਿੱਚ ਸ਼ਾਮਲ ਹੋ ਗਏ ਨੇ। 70 ਸਾਲਾ ਬੁੱਢਾ ਸਿੰਘ ਜੋ ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਲੀ ਵਿੱਚ ਲਗਾਏ ਹੋਏ ਧਰਨੇ ਦੇ ਵਿੱਚ ਲਗਭਗ ਡੇਢ ਮਹੀਨੇ ਤੋਂ ਲਗਾਤਾਰ ਡਟੇ ਹੋਏ ਸੀ। ਮੋਰਚੇ ਦੌਰਾਨ ਉਹਨਾਂ ਨੂੰ ਅਧਰੰਗ ਹੋਇਆ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਆ ਕਿਸਾਨ ਯੂਨੀਅਨ ਰਾਜੇਵਾਲ ਦੇ ਯੂਥ ਆਗੂ ਲਖਵਿੰਦਰ ਸਿੰਘ ਪੀਰ ਮੁਹੰਮਦ ਨੇ ਦੱਸਿਆ ਕਿ ਅਧਰੰਗ ਦੇ ਅਟੈਕ ਤੋਂ ਬਾਅਦ ਸਟ੍ਰੋਕ ਹੋਣ ਤੋਂ ਬਾਅਦ ਤੁਰੰਤ ਬੁੱਢਾ ਸਿੰਘ ਨੂੰ ਬਹਾਦਰਗੜ੍ਹ ਦੇ ਸਰਕਾਰੀ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਜਿੱਥੋਂ ਡਾਕਟਰਾਂ ਨੇ ਉਹਨਾਂ ਨੂੰ ਰੋहतक ਹਸਪਤਾਲ ਲਈ ਰੈਫਰ ਕਰ ਦਿੱਤਾ ਕੁਝ ਦਿਨ ਇਲਾਜ ਚੱਲਣ ਤੋਂ ਬਾਅਦ ਡਾਕਟਰਾਂ ਨੇ ਬੇਵਸੀ ਜ਼ाहिर ਕਰ ਦਿੱਤੀ ਤਾਂ ਪਰਿਵਾਰ ਵਾਲੇ ਛੁੱਟੀ ਦਿਵਾ ਕੇ ਪੰਜਾਬ ਲੈ ਆਏ ਅਤੇ ਉਹਨਾਂ ਦੇ ਇਲਾਜ ਤੇ ਤਕਰੀਬਨ ਤਕਰੀਬਨ 2.5-3 ਲੱਖ ਰੁਪਏ ਪਰਿਵਾਰ ਨੇ ਖਰਚ ਕਰ ਦਿੱਤੇ ਪਰ ਬੁੱਢਾ ਸਿੰਘ ਦੀ ਸਿਹਤ ਵਿੱਚ ਕੋਈ ਸੁਧਾਰ ਨਾ ਹੋਇਆ ਆਖਰ ਬਿਮਾਰੀ ਨਾਲ ਲੜਦਿਆਂ ਅੱਜ ਉਹ ਇਸ ਸੰਸਾਰ ਨੂੰ ਅਲਵਿਦਾ ਆ ਗਏ ਨੇ ਕਿਸਾਨ ਆਗੂ ਨੇ ਦੱਸਿਆ ਕਿ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਕਿਸਾਨਾਂ ਦੇ ਹੱਕ ਵਿੱਚ ਖੜਨ ਵਾਲਾ ਨਿਤੜਕ ਜਰਨੈਲ ਉਹਨਾਂ ਨੇ ਗਵਾ ਲਿਆ ਜਿੱਥੇ ਉਹਨਾਂ ਦੇ ਜਾਣ ਨਾਲ ਉਹਨਾਂ ਦੇ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਉੱਥੇ ਹੀ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਬਲਾਕ ਮਖੂ ਤੋਂ ਇੱਕ ਜਜਾਰੂ ਵਰਕਰ ਵੀ ਸਦਾ ਲਈ ਵਿਛੜ ਗਿਆ। ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਜਥੇਬੰਦੀ ਨੇ ਦੁੱਖ ਦੀ ਘੜੀ ਵਿੱਚ ਉਹਨਾਂ ਦੇ ਪਰਿਵਾਰ ਦੇ ਨਾਲ ਖੜੇ ਹੋਣ ਅਤੇ ਬੁੱਢਾ ਸਿੰਘ ਵੱਲੋਂ ਪਾਈ ਯੋਗਦਾਨ ਨੂੰ ਹਮੇਸ਼ਾ ਯਾਦ ਰੱਖਣ ਦਾ ਅੱਜ ਇਹ ਆਖਿਆ ਕਿ ਸਾਡੇ ਵਾਸਤੇ ਇਹ ਦੁੱਖ ਦੀ ਘੜੀ ਹੈ। ਸੋ ਦੇਖੋ ਕਿ ਇੱਕ ਤੋਂ ਬਾਅਦ ਇੱਕ ਇੱਕ ਤੋਂ ਬਾਅਦ ਇੱਕ ਕਿੰਨੀਆਂ ਖਬਰਾਂ ਕਿਸਾਨੀ ਸੰਘਰਸ਼ ਦੇ ਜਿੰਦ ਲੇਖੇ ਲੱਗਣ ਦੀਆਂ ਆਈਆਂ ਨੇ। ਪਰ ਦੂਸਰੇ ਪਾਸੇ ਆਪਰੇਸ਼ਨ ਕਲੀਨ ਦੀਆਂ ਖਬਰਾਂ ਵੀ ਤੂਲ ਫੜਦੀਆਂ ਜਾ ਰਹੀਆਂ ਨੇ ਕਿ ਸਰਕਾਰ ਕਹਿੰਦੀ ਹੈ ਕਿ ਇਹਨਾਂ ਨੂੰ ਧੱਕੇ ਨਾਲ ਅਠਾਉ ਜੇ ਨਹੀਂ ਮੰਨਦੇ ਪਰ ਹੁਣ ਵੇਖਣਾ ਹੋਏਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਕਿਸਾਨਾਂ ਦੇ ਨਾਲ ਦੁਬਾਰਾ ਗੱਲਬਾਤ ਸ਼ੁਰੂ ਹੁੰਦੀ ਹੈ ਕੀ ਗੱਲਬਾਤ ਕਿਸੇ ਤਣਪੱਤਣ ਲੱਗਦੀ ਹੈ ਜਾਂ ਨਹੀਂ ਦੋਸਤੋ ਇਹ ਸਨ ਕੋਲ ਮਿਲਾ ਕੇ ਖਬਰਾਂ ਉਮੀਦ ਕਰ ਰਹੇ ਹਾਂ ਕਿ ਤੁਹਾਨੂੰ ਅੱਜ ਦੀਆਂ ਖਬਰਾਂ ਜਾਣਕਾਰੀ ਤੇ ਟਿੱਪਣੀਆਂ ਚੰਗੀਆਂ ਲੱਗੀਆਂ ਹੋਣਗੀਆਂ ਜੇ ਜਾਣਕਾਰੀਆਂ ਪੁਖਤਾ ਲੱਗੀਆਂ ਨੇ ਕਿਰਪਾ ਕਰਕੇ ਲਾਈਕ ਵੀ ਕਰ ਲਿਓ ਸ਼ੇਅਰ ਵੀ ਕਰ ਦਿਓ ਤੇ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜਰੂਰ ਔਨ ਕਰ ਲੈਣੀ ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ ਜਾਣ ਤੋਂ ਪਹਿਲਾਂ ਕਹਾਂਗਾ ਜ਼ਿੰਦਗੀ ਜ਼ਿੰਦਾਦਲੀ ਦਾ ਨਾਮ ਹੈ ਦਵਿੰਦਰ ਸਿੰਘ ਬੈਣੀਪਾਲ ਨੂੰ ਆਗਿਆ ਦਿਓ ਸਤਿ ਸ਼੍ਰੀ ਅਕਾਲ ਤੇ ਰੱਬ ਰੱਖਾ